ਵੇਖੋ ਇਸ ਗੱਲ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਇੱਕ ਮਤ ਸੋਚ ਹੈ ਕਿ ਜ਼ਿਆਦਾ ਗਰਮੀ ਦੇ ਨਾਲ ਝਾੜ ਘਟਿਆ ਕਿਤੇ ਕਿਤੇ ਤੇ ਅੱਧਾ ਕਿਤੇ ਕਿਤੇ 60% ਲੇਕਿਨ ਔਸਤਨ ਅਗਰ ਲਾਓਗੇ ਤੇ 20% ਤੋਂ 50% ਪੰਜਾਬ ਦੀ ਕਣਕ ਦਾ ਝਾੜ ਘਟਿਆ ਲੇਕਿਨ ਜਿਹੜੀ ਗੱਲ ਮੈਂ ਕਰਨਾ ਚਾਹੁੰਦਾ ਕਿ ਇਹਦੇ ਇੱਕ ਤੇ ਕਰੇਲਾ ਉੱਤੋਂ ਨਿੰਮ ਚੜਿਆ ਪਹਿਲਾਂ ਹੀ ਕਿਸਾਨ ਦੀ ਜਿਹੜੀ MSP ਹੈ ਉਹ ਤੁਸੀਂ 2000 ਕੀਤੀ ਹੈ 9% ਵਧਾਈ ਹੈ ਤੇ ਪੈਟਰੋਲ ਡੀਜ਼ਲ 100% ਵੱਧ ਗਿਆ ਉਹਦੇ ਨਾਲ ਜਿਹੜੀ ਫਰਟੀਲਾਈਜ਼ਰ ਔਰ ਉਹਦੇ ਨਾਲ ਪੈਸਟੀਸਾਈਡ ਦੀ ਕੀਮਤ ਉਹ 125% ਵੱਧ ਗਈ ਇਹਦਾ ਮਤਲਬ ਇਹ ਕਿ ਉਹਦੀ ਜਿਹੜੀ ਕੋਸਟ ਆਫ ਪ੍ਰੋਡਕਸ਼ਨ ਹੈ ਲਾਗਤ ਜਿਹੜੀ ਹੈ ਉਹ ਘੱਟ ਤੋਂ ਘੱਟ ਨਹੀਂ 4 ਜਾਂ 5 ਗੁਣਾ ਵੱਧ ਗਈ ਉਹਦੇ ਪਹਿਲਾਂ ਹੀ ਪੀੜਿਤ ਹੈ ਹੁਣ ਨੰਬਰ 2 ਦੇ ਉੱਤੇ ਝਾੜ ਘਟ ਗਿਆ ਗਰਮੀ ਕਰਕੇ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਜਿਹੜੀ ਹਿੰਦੁਸਤਾਨ ਦੀ ਸਰਕਾਰ ਦੇ ਲਈ ਵੀ ਅਤੇ ਪੰਜਾਬ ਦੀ ਸਰਕਾਰ ਦੇ ਲਈ ਵੀ ਅਹਿਮੀਅਤ ਰੱਖਦੀ ਹੈ ਵੀ ਯੂਕਰੇਨ ਅਤੇ ਰਸ਼ੀਆ ਦੀ ਲੜਾਈ ਕਰਕੇ 25% ਕਣਕ ਇੰਟਰਨੈਸ਼ਨਲ ਮਾਰਕੀਟ 'ਚ ਘਟ ਗਈ ਇੱਕ ਖਲਾਅ ਆ ਗਿਆ 25% ਇਹ ਘਟ ਗਈ ਉੱਥੇ ਲੱਗੀ ਨਹੀਂ ਰਹੀ ਕਣਕ ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜੀ ਕਣਕ ਅੰਤਰਰਾਸ਼ਟਰੀ ਮਾਰਕੀਟ 'ਚ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਿਹੜੀ 2200 ਮਿਲਦੀ ਸੀ ਉਹ ਅੱਜ 3500 ਮਿਲਦੀ ਹੈ 3500 ਕਣਕ ਦੀ ਡਿਮਾਂਡ ਇੰਨੀ ਵੱਧ ਗਈ ਭਾਵਾਂ ਝਾੜ ਘਟ ਗਿਆ ਲੇਕਿਨ ਕਣਕ ਦੀ ਡਿਮਾਂਡ ਇੰਨੀ ਵੱਧ ਗਈ ਵੀ ਅੱਜ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਕਣਕ 3500 ਦੀ ਹੈ ਅਤੇ ਜੇ ਭਾਰਤ ਸਰਕਾਰ 2000 ਨੂੰ ਚੁੱਕਦੀ ਹੈ ਅਤੇ ਜੇ 2000 ਨੂੰ ਚੁੱਕਦੀ ਹੈ ਤਾਂ 3500 ਨੂੰ ਵਿਕ ਰਹੀ ਹੈ ਇਸੇ ਕਰਕੇ ਜਿਹੜੇ ਪ੍ਰਾਈਵੇਟ ਪਲੇਅਰ ਵੀ ਚੁੱਕ ਰਹੇ ਨੇ ਉਹ 200 ਰੁਪਈਆ ਵੱਧ ਲੈ ਕੇ 1300 ਕਮਾ ਰਹੇ ਨੇ ਉਸੇ ਦਿਨ ਇਸ ਕਰਕੇ ਮੇਰਾ ਭਾਰਤ ਸਰਕਾਰ ਨੂੰ ਵਿਨਮਰ ਬੇਨਤੀ ਹੈ ਕਿ ਕਿਸਾਨ ਦੇ ਕੋਲ ਸਟੋਰੇਜ ਹੈ ਨਹੀਂ ਮੈਂ ਪਹਿਲਾਂ ਦਾ ਰੌਲਾ ਪਾਉਂਦਾ ਰਿਹਾ ਲੋਕ ਸਰਕਾਰਾਂ ਬਣਾਉਣ ਤੋਂ ਲਏ ਹੋਏ ਸੀ ਅਤੇ ਮੈਂ ਉਦੋਂ ਪੰਜਾਬ ਦੀਆਂ ਗੱਲਾਂ ਕਰਦਾ ਸੀ ਮੈਂ ਉਦੋਂ ਵੀ ਕਹਿੰਦਾ ਸੀ ਸਟੋਰੇਜ ਹੈ ਨਹੀਂ ਪੰਜਾਬ ਦੇ ਕਿਸਾਨ ਕੋਲ ਉਹਦੀ ਮਜਬੂਰੀ ਹੈ ਕਣਕ ਇੱਥੇ ਧਰਨੀ ਔਰ ਵੇਚਣੀ ਲੇਕਿਨ ਉਹਦੀ ਮਜਬੂਰੀ ਉਹਦੀ ਕਮਜ਼ੋਰੀ ਨਾ ਸਮਝੀ ਜਾਵੇ ਉਹਨੂੰ ਉਹਦਾ ਬਣਦਾ ਹੱਕ ਮਿਲੇ ਉਹ ਇੱਜ਼ਤ ਦੀ ਰੋਟੀ ਦੇ ਖਾਤਰ ਲੜਿਆ ਪਹਿਲਾਂ ਹੁਣ ਵੀ ਲੜ ਸਕਦਾ ਆੜ੍ਹਤੀਆ ਯੂਨੀਅਨ ਖੜ੍ਹੀ ਹੈ ਸਭ ਦਾ ਫਾਇਦਾ ਹੋਵੇ ਪ੍ਰਾਈਵੇਟ ਮੰਡੀਆਂ ਦੇ ਵਿੱਚੋਂ ਜਦੋਂ ਕਣਕ 200 ਰੁਪਈਏ ਮਹਿੰਗੀ ਦਿੱਤੀ ਜਾਂਦੀ ਹੈ ਅਤੇ ਮੰਡੀ ਫੀਸ ਨਹੀਂ ਆਉਂਦੀ ਜਿਹੜੀਆਂ ਸੜਕਾਂ ਬਣਦੀਆਂ 4000-5000 ਕਰੋੜ ਰੁਪਈਏ ਦੀਆਂ ਉਹ ਬਣਨੋਂ ਹਟ ਜਾਣਗੀਆਂ ਡਿਵੈਲਪਮੈਂਟ ਸਾਡੇ ਸੂਬੇ ਦੀ ਘਟੂਗੀ ਲੇਕਿਨ ਮੈਂ ਫਿਰ ਵੀ ਭਾਰਤ ਸਰਕਾਰ ਨੂੰ ਔਰ ਪੰਜਾਬ ਦੀ ਸਰਕਾਰ ਨੂੰ ਬੇਨਤੀ ਕਰਦਾ ਕਿ ਜੇ ਤੁਸੀਂ ਇਹ ਕਣਕ 2000 ਦੀ ਔਰ 2200 ਦੀ ਲੈ ਰਹੇ ਹੋ ਅਤੇ ਅੱਗੇ 3500 ਦੀ ਵਿਕ ਰਹੀ ਹੈ ਅਤੇ ਭਾਈ ਕਿਸਾਨ ਨੂੰ 500 ਰੁਪਈਏ ਦਿਓ ਉਹਦੇ 'ਚੋਂ ਤੁਸੀਂ 1500 ਕਮਾਓ ਤੁਸੀਂ 1400 ਕਮਾਓ ਜੇ ਇੱਕ ਤਿਹਾਈ ਵੀ ਲਾਓਗੇ ਤਾਂ ਰੁਪਈਏ 400 ਅਤੇ 500 ਤੋਂ ਘੱਟ ਨਹੀਂ ਬਣਦਾ ਅਤੇ ਇਸੇ ਕਰਕੇ ਮੈਂ ਦਲੀਲ ਦੇ ਨਾਲ ਫੈਕਟਸ ਦੇ ਨਾਲ ਤਰਕ ਦੇ ਨਾਲ ਇਹ ਕਹਿ ਰਿਹਾ ਕਿ ਐਤਕੀ ਪੰਜਾਬ ਦੇ ਵਿੱਚ ਹਰੇਕ ਕਿਸਾਨ ਨੂੰ ਰੁਪਈਆ 400-500 ਵੱਧ ਮਿਲਣਾ ਚਾਹੀਦਾ ਹੈ ਕਿਉਂਕਿ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਯੂਕਰੇਨ ਅਤੇ ਰਸ਼ੀਆ ਦੀ ਲੜਾਈ ਕਰਕੇ 3500 ਰੁਪਈਏ ਵਿਕਦੀ ਹੈ ਜੇ ਤੁਸੀਂ ਇਹ ਨਹੀਂ ਕਰਨਾ ਤਾਂ ਭਾਈ ਸਾਡੇ ਬਾਰਡਰ ਖੋਲ੍ਹ ਦਿਓ ਸਿੱਧੀ ਗੱਲ ਹੈ 2000 ਵਾਲੀ 3500 ਨੂੰ ਵਿਕੂ ਅਤੇ ਜਿਹੜੀ ਬਾਸਮਤੀ ਅੱਗੇ ਉਹ 3000 ਦੀ 7000 ਨੂੰ ਵਿਕੂ ਜਿਹੜੇ ਸਬਜ਼ੀਆਂ ਲਾਉਂਦੇ ਆ ਟਮਾਟਰ 10 ਰੁਪਈਏ ਦਾ 50 ਨੂੰ ਵਿਕੂ ਅਦਰਕ 25 ਦਾ 150 ਨੂੰ ਵਿਕੂ ਤੇ ਅੱਜ ਸੇਗੜੀ ਸਾਹਿਬ ਕਹਿ ਰਹੇ ਸਵੇਰੇ ਕੀ ਦੁੱਧ ਜਿਹੜਾ 45 ਦਾ ਦੁੱਧ 45 ਦਾ ਉਹ 120 ਰੁਪਈਏ ਨੂੰ ਵਿਕੂ ਭਾਈ ਕਿਉਂ ਢਿੱਡ ਪੀੜ ਹੁੰਦੀ ਹੈ ਕਿਸੇ ਬੰਦੇ ਨੇ ਤਾਂ ਜਾਣਾ ਨਹੀਂ ਜਿਹੜੇ ਜੈਨੂਇਨ ਲੋਕ ਨੇ ਉਹਨਾਂ ਦੇ ਲਈ ਇਹ ਰਸਤੇ ਖੋਲ੍ਹ ਦਿਓ 35 ਦੇਸ਼ਾਂ ਨੂੰ ਜਾਂਦੇ ਆ ਸੋ ਕੁਛ ਤਾਂ ਕਰੋ ਨਹੀਂ ਤਾਂ ਕਿਸਾਨ ਆਪਦੀ ਇੱਜ਼ਤ ਦੀ ਰੋਟੀ ਦੇ ਲਈ ਲੜਦਾ ਮਰਦਾ ਰਹੂ ਨਹੀਂ ਤਾਂ 1-2% ਲੋਕਾਂ ਦਾ ਫਾਇਦਾ ਹੁੰਦਾ ਰਹੂ ਮੈਂ ਕਿਸੇ ਦੇ ਖਿਲਾਫ਼ ਨਹੀਂ ਲੇਕਿਨ ਤੁਸੀਂ ਅਗਰ ਸਟੋਰੇਜ ਦੇਖੋ ਤਾਂ ਜਿੰਨੀ ਸਟੋਰੇਜ ਦਿੱਤੀ ਹੈ FCI ਦੇ ਵਿੱਚ ਵੀ ਉੱਥੇ ਅਡਾਨੀ ਸਾਹਿਬ ਨੂੰ ਇਹ ਕਿਹਾ ਗਿਆ ਵੀ ਤੁਹਾਨੂੰ ਮੈਕਸੀਮਮ ਸਪੋਰਟ ਪ੍ਰਾਈਸ ਦਿੱਤੀ ਜਾਊਗੀ ਜੇ 25% ਸਟੋਰੇਜ ਹੁੰਦੀ ਹੈ ਤਾਂ ਤੁਹਾਨੂੰ 100 ਦਾ ਦੇਵਾਂਗੇ ਪੈਸਾ ਅਤੇ ਕਿਸਾਨ ਨੂੰ ਮਿਨੀਮਮ ਸਪੋਰਟ ਪ੍ਰਾਈਸ
25 रुपये वधाते कदे 50 रुपये वधाते फिर आसान करते वो भाई तुम उन्होंने 1 रुपया दे के पेस्टिसाइड राही फर्टिलाइजर राही तुम उस तो 5-10 वापस ले लो फिर डीजल पेट्रोल इन्ना वधा दें कि वह उतराही तराही करता। पंजाब सरकार नू मेरी मंग है और 60% आबादी लई मंग है कि भाई जदों साडी कांग्रेस की चन्नी सरकार सी मैं प्रधान हुंदा सी असीं 10 रुपये पेट्रोल डीजल दे घटाते सी भावें सेंटर की सरकार जिन्ने मर्जी वधाउंदी रही ते तुसीं हुण 10 रुपये डीजल घटाओ पेट्रोल भावें 3 घटाओ 5 घटाओ तुसीं घटाओ हुण 10 रुपये डीजल ते जदों 10 रुपये डीजल घटाओगे उहदे नाल किसान नूं कुछ राहत मिलेगी। ये गल मैं पंजाब दे लोकां नाल और सेंटर दी सरकार नूं विनम्र बेनती कर रहा पंजाब सरकार नूं कह रहा कि एक दूजे दे उत्ते लांछन लाण नालों गालां कढ़न नालों ऐने हराता उहने हराता असीं पंजाब दे मुद्दियां दी पहरेदारी करिए। ते अगली गल करूँगा बिजली दी, बड़ियां लाटां मारियां बड़े दमगजे मारे सी ते चिड़े जिहड़ा मूँह निकलिया पे चुटकले भुले पे है लभदा नहीं कोई समझदा नहीं। 300 यूनिट बिजली की तो गल छड्डो अज 8-8 घंटे कट लगन डे ते अज 8000 मैगावाट है बिजली की जरूरत जदों झोंडा लगना 15000 होनी है फिर उत्ते बोलूँ ते कुंडे भी खोलूँ। बहुत बहुत धन्यवाद करिए शुरू चुप्पी का दान बख्शना गल बड़ी अहमियत वाली कर लगे वेखो इस गल दे विच